ਇੰਗਲੈਂਡ ਦੇ ਸ਼ਹਿਰ ਲੰਡਨ ਵਿਖੇ ICC ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੁਕਾਬਲਾ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਖੇਡਿਆ ਜਾ ਰਿਹਾ ਹੈ ਅਤੇ ਅੱਜ ਇਸ ਟੈਸਟ ਮੈਚ ਦਾ ਪੰਜਵਾਂ ਅਤੇ ਅੰਤਿਮ ਦਿਨ ਹੈ ਯਾਨੀ ਕਿ ਅੱਜ ਇਸ ਮੈਚ ਦਾ ਨਤੀਜਾ ਆਉਣ ਦੀ ਸੰਭਾਵਨਾ ਹੈ ਤੇ ਇਸ ਵਿੱਚ ਮੈਚ ਕਾਫੀ ਦਿਲਚਸਪ ਸਥਿਤੀ ਵਿੱਚ ਪਹੁੰਚਿਆ ਹੋਇਆ ਹੈ ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੇ ਚੌਥੇ ਦਿਨ ਆਪਣੀ ਦੂਜੀ ਪਾਰੀ 8 ਵਿਕਟਾਂ ਦੇ ਨੁਕਸਾਨ ਤੋਂ ਬਾਅਦ ਐਲਾਨ ਕਰਕੇ ਭਾਰਤ ਨੂੰ ਜਿੱਤ ਲਈ 444 ਦੌੜਾਂ ਦਾ ਟੀਚਾ ਦਿੱਤਾ ਸੀ ਇਸ ਦੇ ਜਵਾਬ ਵਿੱਚ ਬੀਤੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ ਤਿੰਨ ਵਿਕਟਾਂ ਗੁਆ ਕੇ 164 ਦੌੜਾਂ ਬਣਾ ਲਈਆਂ ਨੇ ਭਾਰਤ ਨੂੰ ਹੁਣ ਮੈਚ ਦੇ ਆਖਰੀ ਦਿਨ ਯਾਨੀ ਕਿ ਅੱਜ ਦੇ ਦਿਨ ਦੇ ਸਮੇਂ ਦੌਰਾਨ ਜਿੱਤ ਲਈ 280 ਦੌੜਾਂ ਚਾਹੀਦੀਆਂ ਨੇ ਜਦਕਿ ਆਸਟ੍ਰੇਲੀਆ ਨੂੰ ਜਿੱਤ ਲਈ ਭਾਰਤ ਦੀਆਂ 7 ਵਿਕਟਾਂ ਹਾਸਲ ਕਰਨ ਦੀ ਲੋੜ ਹੈ ਇਸ ਤਰ੍ਹਾਂ ਅੱਜ ਇਸ ਮੈਚ ਦੇ ਪੰਜਵੇਂ ਅਤੇ ਅੰਤਿਮ ਦਿਨ ਦੋਹਾਂ ਟੀਮਾਂ ਕੋਲ ਜਿੱਤ ਹਾਸਲ ਕਰਨ ਦਾ ਪੂਰਾ ਪੂਰਾ ਮੌਕਾ ਨਜ਼ਰ ਆ ਰਿਹਾ ਹੈ ਅਤੇ ਸ਼ਾਮ ਤੱਕ ਇਹ ਚੀਜ਼ ਸਪਸ਼ਟ ਹੋ ਜਾਵੇਗੀ ਕਿ ICC ਟੈਸਟ ਚੈਂਪੀਅਨਸ਼ਿਪ ਅਤੇ ਟੈਸਟ ਕ੍ਰਿਕਟ ਦਾ ਨਵਾਂ ਵਿਸ਼ਵ ਜੇਤੂ ਕੌਣ ਬਣਦਾ ਹੈ